ਇਹ ਰੇਡੀਓ ਕਸ਼ਮੀਰ ਜੰਮੂ ਹੈ। ਬੜਲਾ ਖਬਰੇ ਤੁਹਾਡਾ ਸਵਾਗਤ। ਪਹਿਲੇ ਖਾਸ ਖਾਸ ਖਬਰੇ ਕਰਨੇ ਮੈਂ ਜਗਮੋਹਨ ਸ਼ਰਮਾ। ਘਾਟੀ ਦੇ ਪੁਲਵਾਮਾ ਜ਼ਿਲ੍ਹੇ ਚ ਛਿੜੇ ਦੇ ਇਕ ਟਾਕਰੇ ਚ ਦੋਂ ਆਤੰਕਵਾਦੀਆਂ ਦਾ ਸਫਾਇਆ। ਸੁਰੱਖਿਆ ਬਲਾਂ ਦਾ ਇਕ ਜਵਾਨ ਸ਼ਹੀਦ, ਦੋਂ ਜਵਾਨ ਘਾਇਲ ਹੋਏ ਗਏ ਨੇ। ਭਾਰਤ ਆਨਲਾਈਨ ਆਤੰਕਵਾਦ ਕਨੇ ਨਿਬੜਨੇ ਤੇ ਇੰਟਰਨੈਟ ਕੀ ਸੁਰੱਖਿਅਤ ਰੱਖਣੇ ਦੀ ਕੁਲ ਸੰਸਾਰੀ ਪਹਿਲਕਦਮੀ ਚ ਸ਼ਾਮਲ ਹੋ ਗਿਆ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕ ਅੱਜ ਦੇਸਾਂ ਦੇ ਵੱਖ ਵੱਖ ਹਿੱਸਿਆਂ ਚ ਰੈਲੀਆਂ ਕਰਾ ਕਰਦੇ ਨੇ। ਜੰਮੂ ਸੰਸਦੀ ਹਲਕੇ ਦੇ ਰਿਟਰਨਿੰਗ ਅਫਸਰ ਹੋਰੇ ਲੋਕ ਸਭਾ ਚੁਣਾਵਾਂ ਦੇ ਵੋਟਿੰਗ ਦੀ ਗਿਣਤੀ ਲਈ ਕੀਤੇ ਜਾ ਰਹੇ ਬੰਦੋਬਸਤਾਂ ਦਾ ਜਾਇਜ਼ਾ ਲਿਆ ਤੇ ਡੇਂਗੂ ਰੋਗ ਦੀ ਰੋਕਥਾਮ ਸਬੰਧੀ ਅੱਜ ਕੁਲ ਸੰਸਾਰੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਮੌਕੇ ਪਰ ਜੰਮੂ ਖਿੱਤੇ ਚ ਕਈ ਜਾਗਰੂਕਤਾ ਪ੍ਰੋਗਰਾਮ ਲਵਾਏ ਜਾ ਕਰਦੇ ਨੇ। ਖਬਰਾਂ ਦੀ ਤਫਸੀਲ ਕਰਨੇ ਵਿਜੇ ਬਜਾਜ। ਘਾਟੀ ਚ ਅੱਜ ਬਡਲਿਆ ਪੁਲਵਾਮਾ ਜ਼ਿਲ੍ਹੇ ਚ ਹੋਏ ਦੇ ਇਕ ਟਾਕਰੇ ਚ ਸੁਰੱਖਿਆ ਬਲਾਂ ਦੋ ਆਤੰਕਵਾਦੀਆਂ ਦੀ ਮਾਰੀ ਮੁਕਾਇਆ ਹੈ। ਇਹ ਟਾਕਰਾ ਉਸਲੇ ਸ਼ੁਰੂ ਹੋਇਆ ਜਿਸਲੇ ਇਲਾਕੇ ਚ ਆਤੰਕਵਾਦੀਆਂ ਦੀ ਮੌਜੂਦਗੀ ਬਾਰੇ ਇਕ ਪੱਕੀ ਸੂਤ ਹੋਣੇ ਮਗਰਾ ਸੁਰੱਖਿਆ ਬਲਾਂ ਡਾਲੀਪੁਰਾ ਗ੍ਰਾਂ ਚ ਆਤੰਕਵਾਦ ਵਿਰੋਧੀ ਅਭਿਆਨ ਚਲਾਇਆ। ਟਾਕਰੇ ਦੌਰਾਨ ਸੁਰੱਖਿਆ ਬਲਾਂ ਦਾ ਇਕ ਜਵਾਨ ਸ਼ਹੀਦ ਵੀ ਹੋਇਆ ਜਿਲ੍ਹੇ ਕੇ ਦੋ ਹੋਰ ਜਵਾਨ ਜ਼ਖਮੀ ਹੋਏ ਨੇ। ਖੀਰੀ ਰਿਪੋਰਟ ਧੋਣੇ ਤੱਕ ਟਾਕਰਾ ਜਾਰੀ ਹੈ। ਪੁੰਛ ਜ਼ਿਲ੍ਹੇ ਦੇ ਮੇਂਡਰ ਸੈਕਟਰ ਚ ਜੰਦੀ ਰਾਤੀ ਕਬਜ਼ਾ ਰੇਖਾ ਦੇ ਨੇੜੇ ਹੋਏ ਦੇ ਬਰੂਦੀ ਸੁਰੰਗ ਦੇ ਧਮਾਕੇ ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਪੁਲਿਸ ਮੁਜਬ ਫੌਜ ਦਾ ਸਪਾਈ ਸ਼ਿਵਲਿੰਗ ਅੱਪਾ ਮੇਂਡਰ ਸੈਕਟਰ ਚ ਡੇਹਰੀ ਡਬਸੀ ਦੇ ਅਗੇਤਰੇ ਇਲਾਕੇ ਚ ਆਪਣੀ ਰੋਜ਼ਾ ਵਾਲੀ ਗਸ਼ਤ ਡਿਊਟੀ ਪਰ ਹਾ ਜਿਸਲੇ ਗਲਤੀ ਕਰਨੇ ਉਹਨੇ ਕਬਜ਼ਾ ਰੇਖਾ ਕਸ਼ ਇਕ ਬਰੂਦੀ ਸੁਰੰਗ ਉਪਰ ਪੈਰ ਰੱਖੀ ਦਿੱਤਾ। ਜ਼ਖਮੀ ਹੋਏ ਦੇ ਜਵਾਨ ਦੀ ਇਲਾਜ ਲਈ ਉਧਮਪੁਰ ਦੇ ਫੌਜੀ ਹਸਪਤਾਲ ਪਹੁੰਚਾ ਦਿੱਤਾ ਗਿਆ। ਭਾਰਤ ਆਤੰਕਵਾਦ ਤੇ ਅੱਤਵਾਦ ਕੰਨੇ ਆਨਲਾਈਨ ਨਿਬੜਨੇ ਤੇ ਇੰਟਰਨੈਟ ਦੀ ਸੁਰੱਖਿਅਤ ਬਣਾਈ ਰੱਖਣੇ ਦੀ ਇਕ ਵੱਡੀ ਕੁਲ ਸੰਸਾਰੀ ਪਹਿਲਕਦਮੀ ਕੰਨੇ ਜੁੜੀ ਗਿਐ। ਇਸ ਪਹਿਲਕਦਮੀ ਦਾ ਨਾਂ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਸ਼ਹਿਰਾਂ ਦੇ ਨਾਂ ਉਪਰ ਰੱਖਿਆ ਗਿਐ ਜਿੱਥੇ ਮਸੀਤੇ ਭਰੋਏ ਦੇ ਹਮਲੇ ਚ 50 ਜਣੇ ਮਾਰੇ ਗਏ ਹੇ। ਇਸ ਪਹਿਲਕਦਮੀ ਕੀ ਕੱਲ ਪੈਰਿਸ ਚ ਭਾਰਤ, ਫਰਾਂਸ, ਨਿਊਜ਼ੀਲੈਂਡ, ਕੈਨੇਡਾ ਤੇ ਹੋਰ ਕਈ ਮੁਲਕਾਂ ਸ਼ੁਰੂ ਕਰਵਾਇਆ। ਇਸ ਪਹਿਲਕਦਮੀ ਤਹਿਤ ਜਾਰੀ ਕੀਤੇ ਗਏ ਦੇ ਘੋਸ਼ਣਾ ਪੱਤਰ ਚ ਆਖਿਆ ਗਿਐ ਜੇ ਮੁਕਤ, ਖੁੱਲਾ ਤੇ ਸੁਰੱਖਿਅਤ ਇੰਟਰਨੈਟ ਐਸਾ ਤਾਕਤਵਰ ਜ਼ਰੀਆ ਜਿਹਦੇ ਰਾਹੀਂ ਸੰਪਰਕ, ਸਮਾਜੀ ਸ਼ਮੂਲੀਅਤ ਤੇ ਆਰਥਿਕ ਵਿਕਾਸ ਕੀ ਬੜਾਵਾ ਮਿਲ ਸਕਦਾ ਹੈ। ਘੋਸ਼ਣਾ ਪੱਤਰ ਚ ਇਹ ਵੀ ਆਖਿਆ ਗਿਆ ਜੇ ਇੰਟਰਨੈਟ ਆਤੰਕਵਾਦੀਆਂ ਤੇ ਹਿੰਸਕ ਅੱਤਵਾਦੀ ਤੱਤਵਿਆਂ ਆਸਿਆ ਕੀਤੇ ਜਾਣ ਵਾਲੇ ਮਾੜੇ ਇਸਤੇਮਾਲ ਥਮਾਂ ਸੁਰੱਖਿਅਤ ਨਹੀਂ ਹੈ ਤੇ ਇਸ ਕਰੀਏ ਸਭਨੇ ਗੀ ਰਲੀ ਹੈ ਇਸ ਲਈ ਕੁਲ ਸੰਸਾਰੀ ਸਤਹ ਉਪਰ ਯਤਨ ਕਰਨੇ ਲੋੜ ਚ ਦਿਨ ਜੇ ਇੰਟਰਨੈਟ ਕੀ ਆਤੰਕਵਾਦੀ ਗੁੱਟੇ ਥਮਾਂ ਸੁਰੱਖਿਅਤ ਰੱਖਿਆ ਜਾ। ਪਾਕਿਸਤਾਨ ਨੇ ਫੈਸਲਾ ਲੈਤਾ ਹੈ ਜੇ ਉਹ ਆਪਣੇ ਹਵਾਈ ਇਲਾਕੇ ਚ ਭਾਰਤੀ ਡੁਆਰੀਆਂ ਲਈ ਲਾਈ ਗਈ ਦੀ ਬੰਦਸ਼ ਕੀ ਇਸ ਮਹੀਨੇ ਦੀ 30 ਤਰੀਕ ਤੱਕ ਨਹੀਂ ਹਟਾਗ। ਪਾਕਿਸਤਾਨ ਦੇ ਰੱਖਿਆ ਤੇ ਹਵਾਬਾਜ਼ੀ ਸਬੰਧੀ ਮੰਤਰਾਲੇ ਦੇ ਸੀਨੀਅਰ ਅਹਿਲਕਾਰਾਂ ਦੀ ਕੱਲ੍ਹ ਇਸਲਾਮਾਬਾਦ ਚ ਮੀਟਿੰਗ ਲੱਗੀ ਜਿਸ ਦੌਰਾਨ ਇਹ ਫੈਸਲਾ ਲੈਤਾ ਗਿਆ ਜੇ ਪਾਕਿਸਤਾਨ ਆਪਣੇ ਹਵਾਈ ਇਲਾਕੇ ਚ ਭਾਰਤੀ ਡੁਆਰੀਆਂ ਲਈ ਲਾਈ ਗਈ ਦੀ ਬੰਦਸ਼ ਕੀ ਇਸ ਮਹੀਨੇ ਦੀ 30 ਤਰੀਕ ਤੱਕ ਜਾਰੀ ਰੱਖੋਗਾ। ਧਿਆਨਯੋਗ ਹੈ ਜੇ ਜੰਦੀ 26 ਫਰਵਰੀ ਗੀ ਭਾਰਤੀ ਵਾਯੂ ਸੈਨਾ ਆਸਿਆ ਬਾਲਾਕੋਟ ਚ ਜੈਸ਼ੇ ਮੁਹੰਮਦ ਦੇ ਆਤੰਕਵਾਦੀ ਠਿਕਾਣੇ ਗੀ ਤਬਾਹ ਕੀਤੇ ਜਾਣੇ ਮਗਰਾ ਪਾਕਿਸਤਾਨ ਨੇ ਭਾਰਤੀ ਡੁਆਰੀਆਂ ਲਈ ਆਪਣੇ ਇਲਾਕੇ ਗੀ ਪੂਰੀ ਚਾਲੀ ਬੰਦ ਕਰ ਦਿੱਤਾ ਹੈ। ਗਵਰਨਰ ਹੁੰਦੇ ਸਲਾਹਕਾਰ ਕੇ ਵਿਜੇ ਕੁਮਾਰ ਤੇ ਕੇ ਕੇ ਸ਼ਰਮਾ ਹੋਰੇ ਕੱਲ੍ਹ ਪੁੰਛ ਚ ਮੁਗਲ ਰੋਡ ਦਾ ਦੌਰਾ ਕੀਤਾ। ਉਨੇ ਜੰਮੂ ਸੰਭਾਗ ਕੇ ਪੁੰਛ ਰਜੌਰੀ ਵਾਲੇ ਰਸਤਿਆਂ ਕਸ਼ਮੀਰ ਘਾਟੀ ਕੰਨੇ ਜੋੜਨੇ ਵਾਲੀ ਇਸ ਇਤਿਹਾਸਿਕ ਸੜਕਾਂ ਪਰ ਸਫ਼ਰ ਕਰਨ ਵਾਲੇ ਲੋਕਾਂ ਲਈ ਸੁਰੱਖਿਆ ਤੇ ਹੋਰ ਦੂਈਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਹੋਰੇ ਕੱਲ੍ਹ ਜੰਮੂ ਚ ਲੱਗੀ ਦੀ ਇਕ ਬੈਠਕਾ ਚ ਜੰਮੂ ਸੰਭਾਗ ਦੇ ਵੱਖ ਵੱਖ ਹਿੱਸਿਆਂ ਚ ਮਹੱਤਵਪੂਰਨ ਵਿਕਾਸ ਕੰਮੇ ਲਈ ਜ਼ਮੀਨ ਹਾਸਲ ਕਰਨੇ ਸਬੰਧੀ ਮਾਮਲਿਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੀਟਿੰਗਾਂ ਚ ਜੰਮੂ ਸੰਭਾਗ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੀਡੀਓ ਕਾਨਫਰੰਸ ਰਾਹੀਂ ਹਿੱਸਾ ਲਿਆ। ਡੀਸੀਏ ਡਿਵਕੌਮ ਹੋਰੇ ਗੀ ਆਪਣੇ ਆਪਣੇ ਜ਼ਿਲ੍ਹਿਆਂ ਚ ਜ਼ਮੀਨ ਦੀ ਲੋੜ ਤੇ ਜ਼ਮੀਨ ਹਾਸਲ ਕਰਨੇ ਸਬੰਧੀ ਮਾਮਲਿਆਂ ਦੀ ਮੌਜੂਦਾ ਸਥਿਤੀ ਬਾਰੇ ਤਫਸੀਲੀ ਜਾਣਕਾਰੀ ਦਿੱਤੀ। ਡਿਵੀਜ਼ਨਲ ਕਮਿਸ਼ਨਰ ਹੋਰੇ ਹੁੰਦੇ ਕੋਲ ਵੱਖ ਵੱਖ ਮਾਮਲਿਆਂ ਦੀ ਤਫਸੀਲ ਹਾਸਲ ਕਰਦੇ ਹੋਏ ਆਖਿਆ ਜੇ ਬਕਾਇਆ ਰਹਿੰਦੇ ਸਭਨੇ ਮਾਮਲਿਆਂ ਗੀ ਤੌਲੇ ਸ਼ਾ ਤੌਲੇ ਨਿਬੇੜਿਆ ਜਾ ਤੇ ਜਿੱਥੇ ਕੁਦਰਾ ਵੀ ਕੋਈ ਦਿੱਕਤ ਅੜਚਨ ਪੇਸ਼ ਆਉਂਦੀ ਹੈ ਉਸੀ ਤੁਰਤ ਦੂਰ ਕਰ ਦਿੱਤਾ ਜਾ। ਇਹ ਖਬਰਾਂ ਤੁਸ ਰੇਡੀਓ ਕਸ਼ਮੀਰ ਜੰਮੂ ਪਰਾ ਸੁਣਾਰਦੇ ਹੋ। ਹੁਣ ਬਾਕੀ ਦੀਆਂ ਖਬਰਾਂ ਕਰਨੇ ਜਗਮੋਹਨ ਸ਼ਰਮਾ। ਲੋਕ ਸਭਾ ਚੁਣਾਵਾਂ ਦੇ ਸੱਤਵੇਂ ਤੇ ਖੀਰਲੇ ਗੇੜ ਲਈ ਪ੍ਰਚਾਰ ਪੂਰੇ ਜ਼ੋਰੇ ਪਰ ਹੈ। ਇਸ ਗੇੜ ਤਹਿਤ ਆਉਂਦੇ ਐਤਵਾਰੇ ਸੱਤੇ ਰਾਜਾਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਚ ਫੈਲੇ ਦੀਆਂ ਕੁਲ 59 ਲੋਕ ਸਭਾ ਸੀਟਾਂ ਲਈ ਵੋਟ ਪਾਏ ਜਾਂਗਨ। ਵੱਖ ਵੱਖ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕ ਮਤਦਾਤਾਏ ਗੇ ਆਪਣੇ ਪੱਖਾਂ ਚ ਕਰਨੇ ਲਈ ਮੁਲਕ ਭਰ ਚ ਵੱਖ ਵੱਖ ਥਾਰੇ ਰੈਲੀਆਂ ਕਰਾ ਕਰਦੇ ਨੇ। ਜੰਮੂ ਸੰਸਦੀ ਹਲਕੇ ਦੇ ਰਿਟਰਨਿੰਗ ਅਫਸਰ ਤੇ ਜੰਮੂ ਦੇ ਡਿਪਟੀ ਕਮਿਸ਼ਨਰ ਰਮੇਸ਼ ਕੁਮਾਰ ਹੋਰੇ ਲੋਕ ਸਭਾ ਚੁਣਾਵਾਂ ਦੇ ਵੋਟਿੰਗ ਦੀ ਗਿਣਤੀ ਲਈ ਕੀਤੇ ਜਾ ਰਹੇ ਬੰਦੋਬਸਤਾਂ ਤੇ ਚੁਣਾਅ ਕੰਨੇ ਸਬੰਧਿਤ ਹੋਰਨੇ ਮਾਮਲਿਆਂ ਦਾ ਜਾਇਜ਼ਾ ਲੈਣੇ ਲਈ ਕੱਲ੍ਹ ਚੁਣਾਅ ਲੜਾਂ ਦੇ ਉਮੀਦਵਾਰਾਂ ਤੇ ਸੀਨੀਅਰ ਅਹਿਲਕਾਰਾਂ ਦੇ ਕੰਨੇ ਇਕ ਮੀਟਿੰਗ ਲਾਈ। ਰਿਟਰਨਿੰਗ ਅਫਸਰ ਹੋਰੇ ਜ਼ਿਲ੍ਹਾ ਇੰਤਜ਼ਾਮੀਆਂ ਅੱਗੇ ਆਖਿਆ ਜੇ ਉਹ ਉਚਿਤ ਸਰਿਸਤਾ ਅਮਲ ਚ ਆਣੈ ਤਾਂ ਜੇ ਵੋਟਿੰਗ ਦੀ ਗਿਣਤੀ ਦਾ ਕੰਮ ਪੂਰੇ ਪੇਸ਼ੇਵਰ ਤੇ ਅਸਰਦਾਰ ਢੰਗੇ ਨੇ ਤੋੜ ਚਾੜਿਆ ਜਾ ਸਕੇ। ਉਨੇ ਸੁਰੱਖਿਆ ਬੰਦੋਬਸਤਾਂ, ਵੋਟਿੰਗ ਦੀ ਗਿਣਤੀ ਲਈ ਅਮਲੇ ਦੀ ਤੈਨਾਤੀ ਤੇ ਨਤੀਜੇ ਦੇ ਐਲਾਨ ਲਈ ਉਚਿਤ ਵਿਵਸਥਾ ਕੀਤੇ ਜਾਣੇ ਪਰ ਵੀ ਜ਼ੋਰ ਪਾਇਆ। ਉਨੇ ਇਹ ਵੀ ਆਖਿਆ ਜੇ ਹਰ ਇਕ ਅਸੈਂਬਲੀ ਹਲਕੇ ਚ 5 VVPAT ਮਸ਼ੀਨੇ ਲਈ ਪਰਚੀਆਂ ਦੀ ਗਿਣਤੀ ਦਾ ਕੰਮ ਵੀ ਇਸ ਦੌਰਾਨ ਤੋੜ ਚਾੜਿਆ ਜਾਗ। ਮੀਟਿੰਗ ਦੌਰਾਨ ਦਸਿਆ ਗਿਆ ਜੇ ਕਿਸੇ ਵੀ ਵਿਅਕਤੀ ਕੀ ਵੈਧ ਸ਼ਨਾਖਤੀ ਕਾਰਡ ਦੇ ਬਗੈਰ ਜਾਂ ਫਿਰ ਮੋਬਾਈਲ ਫੋਨ ਜਾਂ ਕੋਈ ਵੀ ਇਲੈਕਟ੍ਰਾਨਿਕ ਉਪਕਰਨ ਕੰਨੇ ਲਈਏ ਵੋਟਿੰਗ ਗੀ
गिनतरी आह्ले कक्ष च जाने दी खुल्ल नेईं दित्ती जाग। रिटर्निंग अफसर होरें निर्देश दित्ते जे इस लेई सब्बै बंदोबस्त अगेत्रें गै करी रक्खे जान। उधमपुर जिले दी मोंगरी तहसील च सार दब्बड़ थाहर इनें दिनें सालाना मोंगरी मेला लग्गे दा ऐ, जित्थें दूरा दूरा लोक शिव पार्वती दे प्राचीन स्थान पर मत्था टेकने ते मेले च शिरकत करने लेई बड़ी बद्द गिनतरी च आवा करदे न। कल्लै थमां शुरू होए दे त्रऊं दिनें दे इस मेले च उधमपुर जिले दे भमाग, पंचैरी, उधमपुर, चनैनी ते रामनगर दे अलावा जम्मू संभाग दे होरने केई हिस्सें थमां बी लोक आवा करदे न। मेले आली थाहर मिठाइयें, खडौने ते खाने पीने दे समेयान दियां आरजी दकानां ते स्टाल लाए गेदे न। पैहले रोज उत्थे गीत संगीत, नुक्कड़ नाटक ते होर दुए सांस्कृतिक कार्यक्रम पेश कीते गे, जिंदे च डुग्गर दे लोक कलाकारें सब्भनें दा मन मोही लैता। युवा सेवाएं ते खेड्डें सरबंधी मैह्कमा उधमपुर पासेआ खेड्डें ते सांस्कृतिक गतिविधिएं दा सरिस्ता कीता गेआ, जेह्दे च खरी मती गिनतरी च स्कूली विद्यार्थिएं हिस्सा लैता। देश ते दुनिया दे बक्ख बक्ख हिस्सें थमां खरी मती गिनतरी च श्रद्धालु अज्जै थमां इस्कान मंदरें च शुरू होआ'रदी व्यास पूजा च हिस्सा लैने लेई पुज्जा करदे न। इस सिलसिले च कल संञा उधमपुर कस्बे च इक नगर कीर्तन बी कड्डेआ गेआ, जेह्ड़ा बक्ख बक्ख बजारें चा होइयै लंघेआ। मंदर च इस मौके अखंड पाठ बी कीता गेआ। वृंदावन थमां आई दी कलाकारें दी इक टीम हर रोज संञा लै भगवान राम ते भगवान कृष्ण हुंदे जीवन उप्पर आधारित रास लीला पेश करा'रदी ऐ। अमरीका, जर्मनी, फ्रांस ते आस्ट्रेलिया थमां बी श्रद्धालु इस कार्यक्रम च हिस्सा लैने लेई उधमपुर पुज्जे दे न। मुल्ख भरै च अज्ज डेंगू बमारी दे कारणें ते एह्दे कोला बचाव बारै जागरूकता पैदा करने सरबंधी ध्याड़ा राष्ट्रीय डेंगू दिवस दे रूपै च मनाया जा'रदा ऐ। इस सिलसिले च जम्मू संभाग च बी केई कार्यक्रम लोआए जा करदे न, जिंदे च आम लोकें ते टकोह्दा करियै नौजवानें ते विद्यार्थिएं गी शामल कीता जा'रदा ऐ। इस बारै च साढ़े सांबा आह्ले जिला संवाददाता सतपाल शर्मा ने उत्थूं दे CMO रजिंद्र समयाल हुंदे नै गल्ल कीती। डिस्ट्रिक्ट सांबा में भी जगह जगह पे जागरूकता प्रोग्राम जो है वो रखे हुए हैं। हमारा जो मेजर एक जो डिस्ट्रिक्ट लेवल का प्रोग्राम होगा विजयपुर में हायर सेकेंडरी स्कूल में किया जा रहा है, जिसके अंदर हम जो बच्चे हैं उनका एक डिबेट कंपटीशन भी करवा रहे हैं, ताकि जनता में ज्यादा से ज्यादा जागरूकता फैलाई जाए। डेंगू बीमारी क्या है, कैसे फैलती है और इसका इलाज क्या होगा। ये एक एडिस मच्छर होता है। ये मच्छर की एक खासियत होती है कि ये साफ पानी में पलता है और दिन के समय में ये काटता है। तो ये पानी जो है अपने घर के आसपास छत के ऊपर ज्यादा तक खड़ा ना रहने दें। साढ़े उधमपुर वाले संवाददाता अनिल दुबे ने डेंगू बारे CMO उधमपुर KC डोगरा हुंदे नाल गल कीती। ब्लॉक लेवल पे और इंस्टीट्यूशन लेवल पे लोगों को अवेयरनेस दी जाएगी कि डेंगू से कैसे बचें, और इसके साथ ही स्कूलों में जाकर भी हमारा स्टाफ जो है अवेयरनेस देगा। पर्पज ये है कि लोगों को जानकारी मिले ताकि डेंगू से कोई भी हानि हमारे लोगों को ना हो। तो ये जो डेंगू है नॉन मेडिसिन मोस्टली खड़े पानी पे होता है, जो पानी रुका हुआ होता है साफ पानी में होता है, तो आप पानी कहीं भी रुकने ना दें। जैसे पानी की टैंकी उनको साफ रखें ताकि डेंगू की प्रिवेंशन हो सके। डेंगू इक लागे आली बमारी ऐ जेहड़ी एडीज किस्मै दे मच्छरें दे पुड़ने कारण हुंदी ऐ। रियासती सेहत निदेशालय आसेआ इस सरबंधै च अखबारें, रेडियो, टीवी ते इश्तेहारें राहें लोकें गी उनें एहतियातें बारै जागरूक कीता जा करदा ऐ, जिंदा पालन करियै ओह् इस बमारी कोला बची सकदे न। जम्मू दे डिप्टी कमिशनर रमेश कुमार होरें कल गांधीनगर आले सरकारी अस्पताल दा दौरा लाया ते उत्थे मरीजें लेई उपलब्ध सेवाएं सुविधाएं दा निरीक्षण कीता। उनें नमें बनाए गेदे 200 बिस्तरें आले जच्चा बच्चा अस्पताल दा बी निरीक्षण कीता ते उत्थे दाखल मरीजें कन्नै गल्ल बात करियै उंदी प्रतिक्रिया हासल कीती। उनें थ्होई दी जानकारी मुताबक घाटी दे पुलवामा जिले च छिड़े दे टाकरे च मरोने आले आतंकवादियें दी गिनतरी बधियै 3 होई गेई ऐ। इस टाकरे च सुरक्षाबलें दा 1 जवान शहीद होई गेआ ऐ ते 2 जवान घायल बी होई गे न। टाकरा अजें जारी ऐ और ब्यौरे गी बलगेआ जा'रदा ऐ। ते हुन तापमान। मौसम विभाग आसेआ दित्ती गेदी जानकारी मुताबक जम्मू च अज्ज बडले दा घट्टो घट्ट तापमान 21 डिग्री सैल्सियस, जिसलै कि कल दिनें दा बद्धोबद्ध तापमान 33.6 डिग्री सैल्सियस रिकार्ड कीता गेआ। इस दौरान वाऊ च नमी दी मात्रा 55% दर्ज कीती गेई। ते हुन अखीरै च खास खबरां इक बारी परतियै। घाटी दे पुलवामा जिले च छिड़े दे टाकरे च मरोने आले आतंकवादियें दी गिनतरी बधियै 3 होई गेई ऐ। सुरक्षाबलें दा 1 जवान शहीद ते 2 जवान जख्मी बी होए न। टाकरा अजें बी जारी ऐ। भारत ऑनलाइन आतंकवाद कन्नै निबड़ने ते इंटरनेट गी सुरक्षित रखने दी कुल संसारी पहलकदमी च शामल होई गेआ ऐ। बक्ख बक्ख सियासी पार्टियें दे स्टार प्रचारक अज्ज देसै दे बक्ख बक्ख हिस्सें च रैलियां करा'रदे न। जम्मू संसदीय हलके दे रिटर्निंग अफसर होरें लोकसभा चुनाएं दे वोटें दी गिनतरी लेई कीते जा'रदे बंदोबस्तें दा जायजा लैता। ते डेंगू रोग दी रोकथाम सरबंधी अज्ज कुल संसारी ध्याड़ा मनाया जा'रदा ऐ। इस मौके पर जम्मू खित्ते च केई जागरूकता प्रोग्राम लोआए जा'रदे न। एह्दे कन्नै गै खबरें दा एह् बुलेटिन समाप्त होआ।